7 ਅਕਤੂਬਰ ਨੂੰ ਆਪੋ ਆਪਣੀ ਰੈਲੀ ਨੂੰ ਕਾਮਯਾਬ ਕਰਨ ਦੇ ਲਈ ਕਾਂਗਰਸ ਅਤੇ ਅਕਾਲੀ ਦਲ ਨੇ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ। ਜਿੱਥੇ ਅਕਾਲੀ ਦਲ ਦੇ ਬਿਕਰਮ ਮਜੀਠੀਆ ਵੱਲੋਂ ਆਪਣੀ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ, ਉੱਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਾਂਗਰਸ ਦੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਦੀ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਮੈਂ ਕੈਪਟਨ ਸੰਦੀਪ ਸੰਧੂ, ਜਨਰਲ ਸੈਕਟਰੀ ਇੰਚਾਰਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਸਿਆਸੀ ਸਕੱਤਰ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ, ਤੁਹਾਨੂੰ ਸਭ ਨੂੰ ਬੇਨਤੀ ਕਰਦਾ ਹਾਂ ਕਿ 7 ਅਕਤੂਬਰ ਐਤਵਾਰ ਨੂੰ ਕਿੱਲਿਆਂ ਵਾਲੀ ਮੰਡੀ ਵਿਖੇ ਰੈਲੀ ਹੋ ਰਹੀ ਹੈ, ਉਸ ਦੇ ਵਿੱਚ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਨਾਲ। ਇਸੇ ਤਰ੍ਹਾਂ ਰੈਲੀ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਾਦਲਾਂ ਤੇ ਚਮ ਕੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਜਿਸ ਉਮਰ ਵਿੱਚ ਬਾਦਲ ਲੋਕਾਂ ਦੀ ਮਿੰਨਤਾਂ ਤਰਲੇ ਕਰ ਰਹੇ ਨੇ, ਉਸ ਉਮਰ ਵਿੱਚ ਉਹਨਾਂ ਨੂੰ ਘਰ ਬੈਠ ਜਾਣਾ ਚਾਹੀਦਾ। ਜਿਸ ਸਾਬਕਾ ਮੁੱਖ ਮੰਤਰੀ ਜਿਹਨੇ 19 ਸਾਲ ਪੰਜਾਬ 'ਚ ਰਾਜ ਕੀਤਾ ਅਤੇ ਅੱਜ ਉਹ ਅਕਾਲੀ ਦਲ ਦੇ ਵਰਕਰਾਂ ਨੂੰ ਕਹੋ ਕਿ ਤੁਹਾਨੂੰ ਕਸਮ ਹੈ, ਤੁਹਾਨੂੰ ਸੌਂਹ ਸਾਰੇ ਲੈ ਕੇ ਹੋਏ, ਭਾਵੇਂ ਆਪਣਾ ਸਾਲਾ ਵੀ ਲੈ ਕੇ ਹੋਏ। ਇਹਦਾ ਮਤਲਬ ਕਿਤੇ ਨਾ ਕਿਤੇ ਵਿਕਰਮ ਦਾ ਵੀ ਜਿਹੜਾ ਉਹਨਾਂ ਦੇ ਦਿਮਾਗ 'ਚ ਕਿਤੇ ਨਾ ਕਿਤੇ ਅੜਿਆ ਕੀੜਾ ਅੜਿਆ ਕਿ ਇਹ ਜਿਹੜੇ ਪੰਜਾਬ 'ਚ ਜਿਹੜੀ ਬਰਬਾਦੀ ਹੋਈ ਹੈ ਇਹ ਸਬਜ਼ੀ ਅਤੇ ਚਿਕਨ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਜਿਹੜਾ ਉਹ ਕਹਿੰਦੇ ਨੇ ਕਿ ਮੈਨੂੰ ਗਾਲਾਂ ਕੱਢੀਆਂ ਜਾਣਗੀਆਂ। ਇਹਦੇ ਬਾਰੇ ਮਤਲਬ ਬਾਦਲ ਸਾਹਿਬ ਨੂੰ ਜਿਸ ਉਮਰ ਦੇ ਵਿੱਚ ਪਹੁੰਚਦੇ ਨੇ ਉਹਨੂੰ ਘਰ ਬੈਠ ਕੇ ਵੇਖਣਾ ਚਾਹੀਦਾ। ਔਰ ਜੋ ਅਕਾਲੀ ਲੀਡਰਸ਼ਿਪ ਉਹਨਾਂ ਨੇ ਓਪਨ ਚੈਲੇਂਜ ਉਹਨਾਂ ਨੂੰ ਕਰ ਦਿੱਤਾ ਕਿ ਅਸੀਂ ਸੁਖਬੀਰ ਨੂੰ ਆਪਣਾ ਲੀਡਰ ਨਹੀਂ ਮੰਨਦੇ, ਉਹ ਆਪਣਾ ਘਰ ਸਾਂਭਣ ਜਿਹੜੀਆਂ ਗਾਲਾਂ ਕੱਢਣ ਲਈ। ਸਾਡੀ ਕਾਂਗਰਸ ਦੀ ਪਹਿਲਾਂ ਵੀ ਆਦਤ ਨਹੀਂ ਪ੍ਰਕਾਸ਼ ਸਿੰਘ ਬਾਦਲ ਨੂੰ ਗਾਲਾਂ ਕੱਢਣ ਦੀ, ਅਤੇ ਕਾਂਗਰਸ ਨੂੰ ਪੁੱਛਣ ਦੀ ਆਦਤ ਹੈ ਉਹ ਕਾਂਗਰਸ ਦੀ। ਰੰਧਾਵਾ ਸਾਹਿਬ ਇੱਕ ਵੱਡਾ ਬਰਗਾੜੀ ਵਾਲਾ ਜਿਹੜਾ ਵੱਡਾ ਗੇਂਦੀ ਵਾਲਾ ਵੱਡਾ ਮੁੱਦਾ ਬਣਿਆ ਹੋਇਆ ਹੈਗਾ, ਲੋਕ ਉਮੀਦ ਕਰ ਰਹੇ ਹੈਗੇ ਕਿ ਕਾਂਗਰਸ ਨੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੋਂ ਬਾਅਦ ਜਿਵੇਂ ਕਿ ਸਾਰਾ ਮੋਰਚਾ ਲੱਗਿਆ ਹੋਇਆ ਜਾਂ ਉੱਥੇ ਕੋਈ ਰਿਜ਼ਲਟ ਨਹੀਂ ਦਿੱਤੇ ਹਾਲੇ ਤੱਕ, ਉਹਦੇ ਬਾਰੇ ਦੇਖੋ ਇਹਨਾਂ ਨੇ ਆਪ ਹੀ ਜਿਹੜੇ ਰਿਜ਼ਲਟ ਐਸ ਆਈ ਟੀ ਬਣਨੀ ਸੀ, ਐਸ ਆਈ ਟੀ ਨੇ ਆਪਣਾ ਕਰਕੇ ਕਰ ਰਹੀ, ਜਸਟਿਸ ਰਣਜੀਤ ਸਿੰਘ ਨੇ ਕਾਂਗਰਸ ਨੇ ਕਰ ਦਿੱਤਾ ਕਿ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਬੇਨਤੀ ਕੀਤੀ ਉਹਨਾਂ ਬੰਦੇ ਨਾਮ ਦਿੱਤਾ ਸੀ ਜੀ ਚੁੱਕੇ, ਜਿਹੜੇ ਆਫੀਸਰ ਸੀ ਬਾਈ ਨੇਮ ਉਹਨਾਂ ਨੇ ਪਰਚਾ ਹੋਇਆ, ਉਹਦੇ ਬਾਰੇ ਇਨਕੁਆਇਰੀ ਦੇ ਵਿੱਚ ਜਿਹੜੇ ਕਿ ਲੋਕ ਲੱਗੇ ਨੇ ਸੋ ਸਾਰਾ ਕੁਝ ਕਰਕੇ ਇਨਕੁਆਇਰੀ ਜਿਹੜੀ ਹਮੇਸ਼ਾ ਕਿਸੇ ਨੂੰ ਵੀ ਪਤਾ ਕਿ ਬਿਨਾਂ ਇਨਕੁਆਇਰੀ ਤੋਂ ਚਲਾਨ ਪੇਸ਼ ਨਹੀਂ ਹੁੰਦਾ, ਇਨਕੁਆਇਰੀ ਕਰਕੇ ਚਲਾਨ ਪੂਰਾ ਕਰਕੇ ਜਿਸ ਦਿਨ ਸਾਡੀ ਸਟੇਟ ਖਤਮ ਹੋ ਗਿਆ ਪੰਜਾਬ ਦੇ ਸਾਹਮਣੇ ਰੱਖਾਂਗੇ ਜਿਹੜੇ ਆਫੀਸਰਾਂ ਦਾ ਜਾਂ ਜਿਹੜੇ ਪੋਲੀਟੀਕਲ ਬੰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਅਧਿਕਾਰ ਦਾ ਡਰ ਮਾਰਿਆ ਇਹਨੂੰ, ਜਿਵੇਂ ਕਹਿੰਦੇ ਚੋਰ ਕੇ ਦਾੜੀ ਮੈਂ ਤਨਖਾਹ, ਉਹ ਆ ਕੇ ਮੈਂ ਕੀਤਾ ਅਤੇ ਮੇਰੇ 'ਤੇ ਉਂਗਲ ਖੜੀ ਹੋ ਜੂਗੀ ਔਰ ਇਹਦੇ ਆਫੀਸਰ ਕਹਿਣਗੇ ਕਿ ਸਾਨੂੰ ਇਹਨੇ ਆਰਡਰ ਦਿੱਤੇ। ਪਲਾਸਟਿਕ ਜਿਹੜਾ ਕਰਜ਼ਾ ਮਾਫੀ ਵਾਲਾ ਮੁੱਦਾ ਹੈਗਾ ਕਾਫੀ ਹੱਦ ਤੱਕ ਤਾਂ ਸੁਸਾਇਟੀ ਵਾਲਾ ਤਾਂ ਚਲੋ ਕਾਫੀ ਹੋਇਆ ਹੈਗਾ, ਹੁਣ ਅੱਗੇ ਬੈਂਕਾਂ ਦਾ ਜਾਂ ਫਰਜ਼ ਇਹ ਹੁਣ ਸਾਡੇ ਜਿਹੜੇ ਡਿਪਾਰਟਮੈਂਟ ਨੇ ਨੋਡਲ ਏਜੰਸੀ ਐਗਰੀਕਲਚਰ ਹੈ ਔਰ ਕੋਆਪਰੇਟਿਵ ਡਿਪਾਰਟਮੈਂਟ ਨੇ ਜਿਹੜੇ ਮਾਰਜਨਲ ਫਾਰਮਰਸ ਦੇ ਉਮਰ ਛੋਟੀ ਜਿਹੜੀਆਂ ਦੇਣ ਲੱਗੀਆਂ, ਜਿਹੜੇ ਪ੍ਰਾਈਵੇਟ ਜਿਹੜੇ ਨੈਸ਼ਨਲਾਈਜ਼ਡ ਬੈਂਕ ਨੇ ਉਹਨਾਂ ਨੇ ਅਜੇ ਲਿਸਟ ਉਹਨਾਂ ਦੇ ਪੂਰੇ ਪੁੱਛੇ ਮੇਰੇ ਕੋਲ 10 ਦਿਨ ਦੇ ਵਿੱਚ ਉਹਨਾਂ ਦੀਆਂ ਲਿਸਟਾਂ ਸਾਡੇ ਕੋਲ ਪਹੁੰਚ ਜਾਣਗੀਆਂ ਔਰ ਅਸੀਂ 1 ਨਵੰਬਰ ਤੋਂ ਪਹਿਲਾਂ ਇਹ ਜਿਹੜੇ ਕਰਜ਼ੇ ਆ ਉਹ ਅਦਾ ਕਰ। ਖੈਰ, ਦੋਵੇਂ ਪਾਰਟੀਆਂ ਇੱਕ ਦੂਜੇ ਦੇ ਖੇਤਰਾਂ ਵਿੱਚ ਕੀਤੀਆਂ ਜਾਣ ਵਾਲੀਆਂ ਆਪੋ ਆਪਣੀਆਂ ਰੈਲੀਆਂ ਨੂੰ ਕਾਮਯਾਬ ਕਰਨਾ ਮੁੱਛ ਦਾ ਸਵਾਲ ਬਣਿਆ ਹੋਇਆ, ਕਿਉਂਕਿ ਇਸੇ ਦਿਨ ਹੀ ਬਰਗਾੜੀ ਵਿਖੇ ਸਿੱਖ ਜਥੇਬੰਦੀਆਂ ਵੱਲੋਂ ਵੀ ਰੋਸ ਮਾਰਚ ਕੀਤਾ ਜਾ ਰਿਹਾ। ਹੁਣ ਦੇਖਣਾ ਹੋਵੇਗਾ ਕਿ ਇਹਨਾਂ ਸਿਆਸੀ ਰੈਲੀਆਂ ਵਿੱਚ ਕਿੰਨਾ ਇਕੱਠ ਹੁੰਦਾ ਅਤੇ ਇਹਨਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਕਿਸ ਕਰਵਟ ਰੰਗ ਬਦਲਦੀ ਹੈ। ਕਿੱਲਿਆਂ ਵਾਲੀ ਤੋਂ ਸੁਖਜਿੰਦਰ ਮਾਨ ਦੇ ਨਾਲ ਕੈਮਰਾਮੈਨ ਇਕਬਾਲ ਸਿੰਘ, ਸਪੋਕਸਮੈਨ TV।